ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਹਰਜਸ ਨੀਟਿੰਗ 'ਤੇ ਤੁਹਾਡਾ ਬਹੁਤ ਬਹੁਤ। ਅੱਜ ਮੈਂ ਤੁਹਾਡੇ ਲਈ ਸਵੈਟਰ ਦਾ ਇੱਕ ਡਿਜ਼ਾਇਨ ਲੈ ਕਰ ਆਈ ਹਾਂ। ਜੇਕਰ ਕਿ ਤੁਹਾਨੂੰ ਇਹ ਪਸੰਦ ਆਵੇ ਤਾਂ ਇਸਨੂੰ ਲਾਈਕ ਕਰਨਾ ਜੀ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। 6-6 ਕੁੰਡਿਆਂ 'ਤੇ ਇੱਕ ਡਿਜ਼ਾਇਨ ਪੈਂਦਾ, 2 ਕੁੰਡੇ ਮੈਂ ਐਕਸਟਰਾ ਪਾਏ ਹੈ, ਅਤੇ 18 ਕੁੰਡੇ ਡਿਜ਼ਾਇਨ 'ਤੇ ਨੇ। 3 ਡਿਜ਼ਾਇਨ ਬਣਾਉਣੇ ਆ ਅਤੇ ਇਹ ਬਣਾਉਣਾ ਮੈਂ ਸ਼ੁਰੂ ਕਰਦੀ ਹਾਂ। ਇੱਕ ਕੁੰਡਾ ਐਕਸਟਰਾ ਬੁਣ ਲਿਆ, 2 ਕੁੰਡੇ ਸਿੱਧੇ ਬੁਣਨੇ ਆ, ਤੀਸਰੇ ਕੁੰਡੇ ਦੇ ਉੱਪਰ ਇਸ ਤਰ੍ਹਾਂ ਬਲ ਪਾ ਲਿਆ, ਔਰ ਫਿਰ ਇੱਕ ਕੁੰਡੇ ਦੇ ਉੱਪਰ ਬਲ ਪਾਇਆ। 2 ਕੁੰਡਿਆਂ ਦੇ ਬਲ ਪਾ ਕੇ 4 ਕੁੰਡੇ ਹੁਣ ਸਿੱਧੇ ਬੁਣਨੇ ਆ। 1, 2, 3, 4, ਫਿਰ 2 ਕੁੰਡਿਆਂ ਦੇ ਉੱਪਰ ਬਲ ਇਸ ਤਰ੍ਹਾਂ। ਬਹੁਤ ਸੌਖਾ ਡਿਜ਼ਾਇਨ ਹੈ, ਛੇਤੀ ਬਣਦਾ। 1, 2, 3, 4 ਕੁੰਡੇ ਸਿੱਧੇ ਫਿਰ ਬੁਣ ਲਏ, ਫਿਰ 2 ਕੁੰਡਿਆਂ ਦੇ ਉੱਪਰ ਬਲ ਦੇਣਾ ਇਸ ਤਰ੍ਹਾਂ। ਇਹ ਡਿਜ਼ਾਇਨ ਜੈਂਟਸ ਸਵੈਟਰ, ਲੇਡੀਜ਼ ਟੋਪ, ਬੱਚਿਆਂ ਦੇ ਸਵੈਟਰ, ਇਸ 'ਤੇ ਵੀ ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਇਨ ਹੈ। ਜਾਲੀ ਹੈ ਨਹੀਂ, ਸਿੱਧਾ ਹੀ ਹੈ। ਬਲ ਵਾਲੇ ਕੁੰਡੇ ਇਸ ਤਰ੍ਹਾਂ ਹੀ ਉਤਾਰ ਕੇ, ਬਲ ਖੋਲ੍ਹ ਕੇ ਉਤਾਰ ਲੈਣੇ, ਬੁਣਨੇ ਨਹੀਂ ਹੈ, ਔਰ ਬਾਕੀ ਕੁੰਡੇ ਬੁਣ ਲੈਣੇ ਆ ਪੁੱਠੇ ਪੁੱਠੇ, ਸਾਰੇ ਪੁੱਠੀ ਸਿਲਾਈ 'ਚ। ਸਾਰੇ ਕੁੰਡੇ ਬੁਣ ਲਏ, ਪਹਿਲਾ ਕੁੰਡਾ ਬੁਣ ਲੈਣਾ, ਇਹ ਬੁਣ ਲਿਆ। ਪਹਿਲੇ 2 ਕੁੰਡੇ ਛੱਡ ਕੇ ਆ ਬਲ ਵਾਲਾ ਕੁੰਡਾ ਜਿਹੜਾ ਖੋਲ੍ਹਿਆ ਸੀ, ਇਸਨੂੰ ਐਂ ਉੱਪਰ ਦੀ ਲੈ ਕੇ ਬੁਣ ਲੈਣਾ, ਨਾਲ ਫਿਰ ਬਾਕੀ ਦੇ ਦੂਸਰੇ ਦੋਨੇ ਕੁੰਡੇ ਵੀ ਬੁਣ ਲੈਣੇ ਆ। 3 ਕੁੰਡੇ ਛੱਡਤੇ, ਹੁਣ ਆ ਕੁੰਡਾ ਇਹਨੂੰ ਇਸ ਤਰ੍ਹਾਂ ਛੱਡ ਦੇਣਾ, 2 ਕੁੰਡੇ ਬੁਣ ਲੈਣੇ। 1, 2, ਤੀਸਰੇ ਕੁੰਡੇ ਨੂੰ ਵੀ ਇੱਥੇ ਬੁਣ ਲੈਣਾ ਇਸ ਤਰ੍ਹਾਂ। ਇਸ ਤਰ੍ਹਾਂ ਹੀ ਡੱਪਰੀਆਂ ਬੰਦ ਹੁੰਦੀਆਂ ਜਾਂਦੀਆਂ ਨੇ, ਪੁੱਠੀ ਸਿਲਾਈ ਸਾਰੀ ਪੁੱਠੀ ਚੱਲੇਗੀ।
सारी सिलाई पुट्ठी बुन ली है। सीधी सिलाई दे विच फिर इतने बल पै जाएंगे, आ चार सिला चार कुंडे सीधे, फिर आ दो कुंडा के बल, फिर इन्हों इस तरह उलटाया जाएगा जिमें कि इतने उलटाया है। तो इस तरह ये डिजाइन अगे दी अगे बनता जाएगा। जे करके थोनों पसंद आया हो इस लाइक करना जी, और मेरे चैनल में सबसक्राइब करना। वीडियो देखने लिए बहुत बहुत धन्यवाद है जी।